ਇਸੇ ਕਰਕੇ ਮੈਂ ਤੁਹਾਨੂੰ মিডিਆ ਵਾਲਿਆਂ ਨੂੰ ਕੋਈ ਬਹੁਤੀ ਬਾਈਟ ਦੇ ਨਹੀਂ ਚਾਹੁੰਦਾ ਕਿਉਂਕਿ ਤੁਸੀਂ ਪੋਜ਼ਿਟਿਵ ਖਬਰ ਘੱਟ ਤੇ ਨੈਗੇਟਿਵ ਜ਼ਿਆਦਾ ਇੱਥੇ ਸਿੱਧੂ ਸਾਹਬ ਦਾ ਜਾਂ ਪ੍ਰਗਟ ਸਿੰਘ ਦਾ ਹੁਣ ਤੁਹਾਨੂੰ ਸਭ ਲੋਕਾਂ ਨੂੰ ਪਤਾ ਹੈ ਕਿ ਪ੍ਰਗਟ ਸਿੰਘ ਬਾਹਰ ਗਏ ਵੇ ਨਹੀਂ ਆਊਟ ਆਫ ਕੰਟਰੀ ਨੇ ਪਰ ਜਾਣ ਬੁੱਝ ਕੇ ਕੋਈ ਐਸੀ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਐਮੀ ਫਾਲਤੂ ਦਾ ਵਿਵਾਦ ਬਣੇ ਤੁਹਾਨੂੰ ਇਹ ਨਾ ਨਾ ਇਹ ਬਿਨਾ ਫਾਲਤੂ ਦੀ ਇੱਕ ਮਸਾਲਾ ਲਾਉਣਾ ਨਹੀਂ ਚਾਹੀਦਾ ਮੈਂ ਇਸ ਕਰਕੇ ਮਾਈਕ ਤੇ ਵੀ ਕਹਿਣਾ ਚਾਹੁੰਦਾ ਹਾਂ ਇੱਥੇ ਤਾਂ ਦਾ ਸਿੱਧੂ ਸਾਹਿਬ ਦਾ ਆਉਣਾ ਬੰਦਦਾ ਸੀ ਨਾ ਪ੍ਰਗਟ ਸਿੰਘ ਦਾ ਮੈਂ ਘਰ ਘਰ ਜਾ ਰਹੇ ਹਾਂ ਔਰ মিডিਆ ਹਾਊਸਸ ਨੂੰ ਪਤਾ ਹੈ ਕਿ ਪ੍ਰਗਟ ਸਿੰਘ ਆਊਟ ਆਫ ਕੰਟਰੀ ਨੇ ਥੈਂਕ ਯੂ ਜਦੋਂ ਇੱਕ ਤਾਂ ਜਮਾਂ ਦੀ ਪਾਰਟੀ ਵੱਡਾ ਐਲਾਨ ਕਰਦੀ ਪਈ ਹੈ ਕੋਈ